ਸ਼ਾਮ ਨੂੰ ਧਮਕੀ ਦਿੱਤੀ ਗਈ ਹੈ, ਸ਼ਾਮ ਨੂੰ ਧਮਕੀ ਦਿੱਤੀ ਗਈ। ਉਹ ਤੋਂ ਬਾਅਦ ਜੀ ਉਹ ਉੱਥੇ ਜਨਮ ਅਸ਼ਟਮੀ ਵਾਲੇ ਦਿਨ ਪ੍ਰੋਗਰਾਮ 'ਚ ਚਲੇ ਗਏ। ਉਹ ਤੋਂ ਬਾਅਦ ਉਹ ਘਰ ਆ ਕੇ ਸੌ ਗਿਆ ਅਤੇ ਉਹ ਮੁੰਡੇ ਨਾਲ ਵਾਲੇ ਸਾਡੇ ਘਰ ਛੱਡ ਕੇ ਜੀ ਉਹ ਘਰ ਆ ਕੇ ਸੌ ਗਏ ਜੀ। ਉਹ ਤੋਂ ਬਾਅਦ ਉਹਨੂੰ ਫੋਨ ਕੀਤਾ ਸੀਗਾ, ਉਹ ਤੋਂ ਬਾਅਦ ਪਤਾ ਨਹੀਂ ਜੀ ਇਹ ਕਿਵੇਂ ਲੈ ਕੇ ਗਏ ਅਤੇ ਕਿਵੇਂ ਨਹੀਂ ਲੈ ਕੇ ਗਏ। ਉਹਦਾ ਕੁੜੀ ਦਾ ਪਿਓ, ਕੁੜੀ ਦੀ ਮਾਂ ਸਾਡੇ ਘਰ ਆ ਕੇ ਇਹ ਬਿਆਨ ਦਿੱਤੇ ਤੁਹਾਡਾ ਮੁੰਡਾ ਕਿੱਥੇ ਹੈ, ਇਹ ਸੁੱਤੇ ਉੱਠੇ ਸੀਗੇ। ਉਹ ਤੋਂ ਬਾਅਦ ਆ ਕੇ ਇਹਨਾਂ ਨੂੰ ਕਹਿ ਕੇ ਆ ਗੱਲ ਅਤੇ ਕਹਿੰਦੇ ਲੈਣ ਦੀ ਗੱਡੀ 'ਤੇ ਪਿਆ ਤੁਹਾਡਾ ਜੀ ਮੁੰਡਾ ਸੰਭਾਲ ਲਓ ਆ ਕੇ, ਸਾਨੂੰ ਬੱਚੇ ਦਾ ਇਨਸਾਫ ਰੱਖਣਾ ਚਾਹੀਦਾ, ਸਾਡੇ ਬੱਚੇ ਨਾਲ ਹੱਤਿਆ ਹੋਈ ਹੈ। ਸਜ਼ਾ ਕਰਾਓ ਉਹਨਾਂ ਨੂੰ, ਫਾਂਸੀ ਦੀ ਸਜ਼ਾ ਹੋਣੀ ਚਾਹੀਦੀ ਹੈ। ਸੱਟ ਕੇ ਪੋਚੇ ਪੁਹਾਰੀ ਕਰਕੇ ਇਹ ਬੱਚੇ ਭੈਣ ਭਰਾ ਆਪਦਾ ਟਾਈਮ ਪਾਸ ਕਰਦੇ ਸੀਗੇ, ਇਹਨਾਂ ਦੇ ਟਾਈਮ ਪਾਸ ਗਰੀਬ ਬੰਦਿਆਂ ਦਾ ਹੋਣ ਨਹੀਂ ਦਿੱਤਾ ਉਹਨਾਂ ਨੇ ਗਰੀਬਿਆਂ ਨੇ। ਤੇ ਜਨਮ ਅਸ਼ਟਮੀ ਦਿਨ ਮੁੰਡਾ ਆਇਆ ਸੀ ਤੇ ਇਹਨਾਂ ਦੇ ਰਸਤੇ ਜਾਤਾ ਪਈ ਹੋਈ ਹੈ। ਉਸ ਤੋਂ ਬਾਅਦ ਕੁੜੀ ਦੀ ਮਾਂ ਉਹਨਾਂ ਦੇ ਘਰੇ ਗਈ ਹੈ ਮੁੰਡਿਆਂ ਦੇ, ਤੁਹਾਡੇ ਮੁੰਡੇ ਨੇ ਸਾਡੀ ਕੁੜੀ ਰਸਤਾ ਰੋਕਿਆ, ਧਮਕੀ ਦੇ ਕੇ ਅਸੀਂ ਕਰ ਦਿਆਂਗੇ, ਉਸ ਤੋਂ ਮਾਰ ਵੜਦੇ ਕੁੱਟ ਦਿਆਂਗੇ। ਉਸ ਤੋਂ ਬਾਅਦ ਸ਼ਾਮ ਨੂੰ ਮੁੰਡਾ ਘਰੇ ਵਾਪਸ ਆਪਦੇ ਪਹੁੰਚ ਗਿਆ ਜੀ। ਉਸ ਤੋਂ ਬਾਅਦ 12:52 ਤੇ ਕੁੜੀ ਦੇ ਭਰਾ ਦਾ ਫੋਨ ਗਿਆ ਮੁੰਡੇ ਕੋਲ, 25 ਸਕਿੰਟ ਗੱਲ ਹੋਈ ਹੈ। ਉਸ ਤੋਂ ਬਾਅਦ ਮੁੰਡੇ ਨੇ ਘਰੇ ਫੋਨ ਚਾਰਜ ਲਾ ਕੇ ਬਾਹਰ ਆਇਆ, ਬਾਹਰ ਆਉਣ ਤੋਂ ਬਾਅਦ ਉਹਨੂੰ ਨਾਲ ਲੈ ਕੇ ਗਏ। ਉਹ ਕੈਮਰੇ ਦੇ ਵਿੱਚ ਫੋਟੋ ਆਈ ਹੈ, ਬਰਸਾਤ ਹੋ ਜਾਂਦੀ ਹੈ ਅਤੇ ਉਸ ਤੋਂ ਬਾਅਦ ਇਹਨਾਂ ਨੇ ਕਾਰਵਾਈ ਕੀਤੀ ਆਪਦੀ ਜੋ ਵੀ। ਫਿਰ ਵੀ ਸਵੇਰੇ ਉਹਦੀ ਮਾਤਾ ਕੁੜੀ ਦੀ ਫਿਰ ਆਈ ਹੈ ਉਹਨਾਂ ਦੇ ਘਰੇ ਵੀ ਤੁਹਾਡੇ ਮੁੰਡੇ ਨੇ ਸੰਭਾਲ ਲਓ ਉੱਥੇ ਵੱਢਿਆ ਪਿਆ। ਉਹਨੂੰ ਸ਼ਾਮ ਨੂੰ ਧਮਕੀ ਦਿੱਤੀ ਗਈ ਹੈ, ਸ਼ਾਮ ਨੂੰ ਧਮਕੀ ਦਿੱਤੀ ਗਈ। ਉਹ ਤੋਂ ਬਾਅਦ ਜੀ ਉਹ ਉੱਥੇ ਜਨਮ ਅਸ਼ਟਮੀ ਵਾਲੇ ਦਿਨ ਪ੍ਰੋਗਰਾਮ 'ਚ ਚਲੇ ਗਏ। ਉਹ ਤੋਂ ਬਾਅਦ ਉਹ ਘਰ ਆ ਕੇ ਸੌ ਗਿਆ ਅਤੇ ਉਹ ਮੁੰਡੇ ਨਾਲ ਵਾਲੇ ਸਾਡੇ ਘਰ ਛੱਡ ਕੇ ਜੀ ਉਹ ਘਰ ਆ ਕੇ ਸੌ ਗਏ ਜੀ। ਉਹ ਤੋਂ ਬਾਅਦ ਉਹਨੂੰ ਫੋਨ ਕੀਤਾ ਸੀਗਾ, ਉਹ ਤੋਂ ਬਾਅਦ ਪਤਾ ਨਹੀਂ ਜੀ ਇਹ ਕਿਵੇਂ ਲੈ ਕੇ ਗਏ ਅਤੇ ਕਿਵੇਂ ਨਹੀਂ ਲੈ ਕੇ ਗਏ। ਉਹਦਾ ਕੁੜੀ ਦਾ ਪਿਓ, ਕੁੜੀ ਦੀ ਮਾਂ ਸਾਡੇ ਘਰ ਆ ਕੇ ਇਹ ਬਿਆਨ ਦਿੱਤੇ ਤੁਹਾਡਾ ਮੁੰਡਾ ਕਿੱਥੇ ਹੈ, ਇਹ ਸੁੱਤੇ ਉੱਠੇ ਸੀਗੇ। ਉਹ ਤੋਂ ਬਾਅਦ ਆ ਕੇ ਇਹਨਾਂ ਨੂੰ ਕਹਿ ਕੇ ਆ ਗੱਲ ਅਤੇ ਕਹਿੰਦੇ ਲੈਣ ਦੀ ਗੱਡੀ 'ਤੇ ਪਿਆ ਤੁਹਾਡਾ ਜੀ ਮੁੰਡਾ ਸੰਭਾਲ ਲਓ ਆ ਕੇ, ਸਾਨੂੰ ਬੱਚੇ ਦਾ ਇਨਸਾਫ ਰੱਖਣਾ ਚਾਹੀਦਾ, ਸਾਡੇ ਬੱਚੇ ਨਾਲ ਹੱਤਿਆ ਹੋਈ ਹੈ। ਸਜ਼ਾ ਕਰਾਓ ਉਹਨਾਂ ਨੂੰ, ਫਾਂਸੀ ਦੀ ਸਜ਼ਾ ਹੋਣੀ ਚਾਹੀਦੀ ਹੈ। ਸੱਟ ਕੇ ਪੋਚੇ ਪੁਹਾਰੀ ਕਰਕੇ ਇਹ ਬੱਚੇ ਭੈਣ ਭਰਾ ਆਪਦਾ ਟਾਈਮ ਪਾਸ ਕਰਦੇ ਸੀਗੇ, ਇਹਨਾਂ ਦੇ ਟਾਈਮ ਪਾਸ ਗਰੀਬ ਬੰਦਿਆਂ ਦਾ ਹੋਣ ਨਹੀਂ ਦਿੱਤਾ ਉਹਨਾਂ ਨੇ। ਤੇ ਜਨਮ ਅਸ਼ਟਮੀ ਦਿਨ ਮੁੰਡਾ ਆਇਆ ਸੀ ਤੇ ਇਹਨਾਂ ਦੇ ਰਸਤੇ ਜਾਤਾ ਪਈ ਹੋਈ ਹੈ। ਉਸ ਤੋਂ ਬਾਅਦ ਕੁੜੀ ਦੀ ਮਾਂ ਉਹਨਾਂ ਦੇ ਘਰੇ ਗਈ ਹੈ ਮੁੰਡਿਆਂ ਦੇ, ਵੀ ਤੁਹਾਡੇ ਮੁੰਡੇ ਨੇ ਸਾਡੀ ਕੁੜੀ ਰਸਤਾ ਰੋਕਿਆ, ਧਮਕੀ ਦੇ ਕੇ ਅਸੀਂ ਕਰ ਦਿਆਂਗੇ, ਉਸ ਤੋਂ ਮਾਰ ਵੜਦੇ ਕੁੱਟ ਦਿਆਂਗੇ। ਉਸ ਤੋਂ ਬਾਅਦ ਸ਼ਾਮ ਨੂੰ ਮੁੰਡਾ ਘਰੇ ਵਾਪਸ ਆਪਦੇ ਪਹੁੰਚ ਗਿਆ ਜੀ। ਉਸ ਤੋਂ ਬਾਅਦ 12:55 ਤੇ ਕੁੜੀ ਦੇ ਭਰਾ ਦਾ ਫੋਨ ਗਿਆ ਮੁੰਡੇ ਕੋਲ, 25 ਸਕਿੰਟ ਗੱਲ ਹੋਈ ਹੈ। ਉਸ ਤੋਂ ਬਾਅਦ ਮੁੰਡੇ ਨੇ ਘਰੇ ਫੋਨ ਚਾਰਜ ਲਾ ਕੇ ਬਾਹਰ ਆਇਆ, ਬਾਹਰ ਆਉਣ ਤੋਂ ਬਾਅਦ ਉਹਨੂੰ ਨਾਲ ਲੈ ਕੇ ਗਏ। ਉਹ ਕੈਮਰੇ ਦੇ ਵਿੱਚ ਫੋਟੋ ਆਈ ਹੈ, ਬਰਸਾਤ ਹੋ ਜਾਂਦੀ ਹੈ ਅਤੇ ਉਸ ਤੋਂ ਬਾਅਦ ਇਹਨਾਂ ਨੇ ਕਾਰਵਾਈ ਕੀਤੀ ਆਪਦੀ ਜੋ ਵੀ। ਫਿਰ ਵੀ ਸਵੇਰੇ ਉਹਦੀ ਮਾਤਾ ਕੁੜੀ ਦੀ ਫਿਰ ਆਈ ਹੈ ਉਹਨਾਂ ਦੇ ਘਰੇ ਵੀ ਤੁਹਾਡੇ ਮੁੰਡੇ ਨੇ ਸੰਭਾਲ ਲਓ ਉੱਥੇ ਵੱਢਿਆ ਪਿਆ।